अस्सलाम वालेकुम, सत श्री अकाल। कितना हाल चाल जी सारे अपने पंजाबी भैन भरावान का? सज्जन मित्र बेली ठीक ठाक हो जी? चाचे ताइया फुफिया फुफड़ सब ठीक ने? वधिया हो। तो अज पिछली आप मूवी वेखी लकी दी अनलकी स्टोरी, उस बाजवा साहब मतलब मिनू ढिलोंदा से जिक्र किया कि कुड़ी जो मरण जाती है सीरत, असं क्या नहर लभदी फिर दी है, तो असं क्या कि मिनू ढिलोंवी मिस्टर एंड मिसिज 420 ना नहर के ही मतलब लभद ਤੇ ਮਰਨ ਵਾਸਤੇ ਨਹਿਰ ਤੋਂ ਗੱਲ ਹਾਂ ਨਹਿਰ ਤੋਂ ਗੱਲ ਟੁਰੀ ਤੇ ਬਾਜਵਾ ਸਾਹਿਬ ਉਹਨਾਂ ਨੇ ਆਖਿਆ ਕਿ ਅਸੀਂ ਉਹ ਵੇਖੀ ਨਹੀਂ ਫਿਲਮ, ਅਸੀਂ ਵੇਖੀ ਹੋਈ ਹੈ, ਅਸੀਂ ਦੋਵਾਂ ਨੇ ਵੇਖੀ ਹੈ ਤੇ ਅਸੀਂ ਆ ਹੋਸਟ ਕਰਾਂਗੇ ਤੇ ਇਹ ਸਮਝ ਲਓ ਕਿ ਬਾਜਵਾ ਸਾਹਿਬ ਤੁਸੀਂ ਸਾਡੇ ਗੈਸਟ ਹੋ ਤੇ ਤੁਹਾਨੂੰ ਅਸੀਂ ਇਹ ਫਿਲਮ ਵਿਖਾਉਣੀ ਹੈ। ਠੀਕ ਹੈ, ਤੁਸੀਂ ਇਹ ਵੇਖਣੀ ਹੈ, ਅਸੀਂ ਇੱਕ ਵਾਰੀ ਫੇਰ ਦੌਰ ਪਾ ਲਾਂਗੇ ਇਹਨਾਂ ਨਾ, ਪੈਲੀ ਨੂੰ ਪਾ ਦੇ ਦੌਰ ਦੌਰ ਪੈ ਜਾਏ, ਜ਼ਰਾ ਕੰਮ ਸਿੱਧਾ ਹੋ ਜਾਏਗਾ। ਔਰ ਪੰਜਾਬੀ ਫਿਲਮਾਂ ਦਾ ਇਹ ਕਿ ਜਿੰਨੀ ਵਾਰੀ ਮਰਜ਼ੀ ਵੇਖੀ ਜਾਓ ਮਜ਼ਾ ਆਉਂਦਾ, ਫਿਰ ਜਿਹੜੀ ਫਿਲਮ ਬਹੁਤ ਵਧੀਆ ਹੁੰਦੀ ਹੈ ਨਾ, ਜਿਹਦੀ ਸਟੋਰੀ ਬੜੀ ਵਧੀਆ ਹੋਵੇ ਤੇ ਅਗਲੇ ਨੇ ਵੇਖੀ ਨਾ ਹੋਵੇ ਤੇ ਤੁਸੀਂ ਨਹੀਂ ਨਾ ਵੇਖੀ, ਉਹ ਮੇਰੇ ਦਿਲ 'ਚ ਤਜੱਸਸ ਹੈ ਕਿ ਯਾਰ ਤੁਸੀਂ ਕਿਉਂ ਨਹੀਂ ਵੇਖੀ। ਮੈਂ ਕਿਹਾ ਤੁਹਾਨੂੰ ਵੀ ਹਾਂ ਕਿ ਤੁਹਾਨੂੰ ਵੀ ਵੇਖਣੀ ਚਾਹੀਦੀ ਸੀ, ਉਹ ਬੜਾ ਮਜ਼ੇਦਾਰ ਹੈ ਕਿ ਜਿੰਨੀ ਗੈਦਰਿੰਗ 'ਚ ਬਹਿ ਕੇ ਵੇਖੋਗੇ ਉਹਨੇ ਸਵਾਦ ਫਿਰ ਹੋਰ ਮਜ਼ਾ ਆਉਂਦਾ। ਹਾਂ, ਜਿਵੇਂ ਨਾ ਆਪਾਂ ਇੱਥੇ ਲੋਰੀਏ ਵੇਖੀ ਨਾ, ਤੇ ਮੈਂ ਘਰ ਜਾ ਕੇ ਆਪਣੀ ਬਾਜੀ ਨੂੰ ਆਖਿਆ, ਮੈਂ ਕਿਹਾ ਆਪਣੀ ਭੈਣ ਨੂੰ ਵੱਡੀ ਨੂੰ ਨਾ, ਮੈਂ ਕਿਹਾ ਤੁਸੀਂ ਲੋਰੀਏ ਵੇਖੋ ਨਾ ਮੂਵੀ, ਕਹਿੰਦੀ ਅੱਛਾ, ਮੈਂ ਕਿਹਾ ਤੁਸੀਂ ਲੋਰੀਏ ਨਹੀਂ ਵੇਖੀ, ਮੈਂ ਕਿਹਾ ਵੇਖੋ ਮੈਂ ਉਦੋਂ ਹੀ ਉਹਨਾਂ ਨੂੰ ਐਲਈਡੀ ਤੇ ਰੱਖ ਦਿੱਤੀ, ਮੈਂ ਕਿਹਾ ਵੇਖੋ ਤੁਸੀਂ ਮਜ਼ਾ ਆਉਂਦਾ ਵੇਖੋ। ਬਿਲਕੁਲ, ਚਲੋ ਆਪਾਂ ਜਿਹੜੀ ਹੈ ਜੀ ਸ਼ੁਰੂ ਕਰਨੇ ਆ ਪਹਿਲੇ ਪਾਰਟ ਤੋਂ, ਮਿਸਟਰ ਐਂਡ ਮਿਸਿਸ 420। ਜਦੋਂ ਨਾ ਹੀ ਐਡਾ ਜ਼ਬਰਦਸਤ ਹੈ ਤਾਂ ਸਮਝ ਲਓ ਕਿ ਫਿਲਮ 'ਚ ਕੀ ਕੁਛ ਹੋਏਗਾ। ਜਵਾਕ ਜੀ ਦੋ ਨੰਬਰ ਗਿਆ, ਥੋੜੀ ਦੇਰ ਲੱਗ ਜਾਓ ਬਈ, ਆਪਣੇ ਪੋਤੇ ਨੂੰ ਥੋੜਾ ਜਿਹਾ ਘੱਟ ਖਵਾਇਆ ਕਰਨ, ਉਹ ਮੈਡਮ ਇਹਦਾ ਤਾਂ ਰੋਜ਼ ਦਾ ਕੰਮ ਹੈ, ਆਪ ਹੀ ਛੱਡੀ ਬੱਚੇ ਨੂੰ ਸਕੂਲੇ, ਅਸੀਂ ਚੱਲੇ। ਦੇਖੀ ਪੱਟ ਦੂ ਮੈਂ ਟੈਂਟਾਂ ਦੀਆਂ ਕਿੱਲੀਆਂ, ਦੇਖੀ ਪੱਟ ਦੂ ਮੈਂ ਟੈਂਟਾਂ ਦੀਆਂ ਕਿੱਲੀਆਂ, ਤਾਰਾਂ ਕਰ ਦੂ ਸਪੀਕਰਾਂ ਦੀਆਂ ਢਿੱਲੀਆਂ, ਉਹ ਜੱਸੀ ਗੱਲ ਲਗਾਉਣ ਨਹੀਂ ਦੇਣਾ ਉਹ ਲੈਂਸਰ ਵਾਲੇ ਨੂੰ। ਪਾਲੀ ਬੜਾ ਖੁਸ਼ ਨਜ਼ਰ ਆ ਰਿਹਾ। ਉਹ ਜੀ ਆਪਣੇ ਮਿੰਟੂ ਦਾ ਰਿਕਸ਼ਾ ਲੰਘ ਗਿਆ ਸੀ, ਮੈਂ ਸੋਚਿਆ ਸਾਈਕਲ ਤੇ ਛੱਡ ਆਵਾਂ। ਇਹ ਗੱਲ ਇੰਨਾ ਖੁਸ਼ ਹੋ ਕੇ ਦੱਸਣ ਵਾਲੀ ਤਾਂ ਹੈ ਨਹੀਂ। ਉਹ ਹਾਂਜੀ, ਇਹ ਤਾਂ ਪਿੰਡ ਜਾਣ ਦੀ ਖੁਸ਼ੀ ਆ ਜੀ, ਅੱਜ ਇੰਨੇ ਮਹੀਨਿਆਂ ਬਾਅਦ ਆਪਣੇ ਯਾਰਨ ਮੁੱਲਿਆਂ ਨੂੰ ਮਿਲਣਾ ਮੈਂ। ਉਹੀ ਯਾਰਨ ਮੁੱਲੇ ਜਿਨ੍ਹਾਂ ਨੂੰ ਸਾਧਨ ਗਾਲਾਂ ਕੱਢਦਾ ਰਹਿਣਾ। ਗਾਲਾਂ ਤਾਂ ਕੱਢਦਾ ਜੀ, ਸਾਲੇ ਜ਼ਿੰਦਗੀ 'ਚ ਕਰਨਾ ਬਹੁਤ ਕੁਝ ਚਾਹੁੰਦੇ ਸੀ ਪਰ ਕੀਤਾ ਕੱਖ ਵੀ ਨਹੀਂ। ਕੀ ਮਤਲਬ? ਮੇਰਾ ਯਾਰ ਡਿਪਟੀ ਸਾਰੀ ਉਮਰ ਮੇਰੇ ਤੋਂ ਇਹ ਕਹਿ ਕੇ ਪੈਸੇ ਉਧਾਰ ਮੰਗਦਾ ਰਿਹਾ, ਜਦੋਂ ਤੇਰਾ ਯਾਰ ਧਰਮਿੰਦਰ ਵਾਂਗ ਵੱਡਾ ਸਟਾਰ ਬਣ ਗਿਆ, ਤੇਰੀ ਬੱਲੇ ਬੱਲੇ ਕਰਾ ਦੂੰ,
ਤੇ ਫਿਰ ਕਰਾਤੀ ਤੇਰੀ ਬੱਲੇ ਬੱਲੇ ਕਾਹਦੀ ਬੱਲੇ ਬੱਲੇ ਜੀ ਬੰਬੇ ਜਾ ਕੇ ਬਣਨਾ ਚਾਹੁੰਦਾ ਸੀ ਧਰਮਿੰਦਰ ਬਣ ਗਿਆ ਰਾਮਲੀਲਾ ਚ ਸਰੂਪ ਨਗਾ ਕਾਕਾ ਜੀ ਕੰਮ ਕੀ ਕਰਦੇ ਪੁਲਿਸ ਅਫਸਰ ਬਣ ਲਈ ਅੰਡਰ ਟ੍ਰੇਨਿੰਗ ਹੈ ਜੀ ਪੁਲਿਸ ਕੈਂਪ ਚ ਹੀ ਰਹਿੰਦਾ ਉਹਦੇ ਤਾਂ ਸੁਪਨੇ ਬੜੇ ਵੱਡੇ ਨੇ ਜੀ ਸਰੂਪ ਨਕਾ ਹਾਂ ਭਈਆ ਕਟਵਾਲੀ ਨਾਕ ਹਾਂ ਭਈਆ ਤੂੰ ਤਾਂ ਐਂ ਹੱਸਦਾ ਜਿਵੇਂ ਮੈਂ ਨੱਕ ਨੀ ਰੀਬਨ ਕੱਟ ਕੇ ਆਇਆ ਹੁੰਦਾ ਉਹ ਤੇਰੀ ਭੈਣ ਦਾ ਨੱਕ ਵੱਢਿਆ ਗਿਆ ਜਾ ਕੇ ਭੈਣ ਦਾ ਬਦਲਾ ਲੈ ਗਿਆ ਵੈਸੇ ਕਾਕਾ ਜੀ ਦੀ ਫੋਟੋ ਦੇਖ ਕੇ ਐ ਲੱਗਦਾ ਇਹ ਗੱਭਰੂ ਜਵਾਨ ਕੋਈ ਤਗੜਾ ਹੀ ਕੰਮ ਕਰਦਾ ਹੋਊ ਆਪਾਂ ਰਿਸ਼ਤੇ ਪੂਰੇ ਟਿੱਚ ਕਰਾਈਦੇ ਆ ਜੀ ਟਿੱਚ ਰਾਵਣ ਤਾਂ ਹਿੱਟੀ ਐਸੇ ਕਰਕੇ ਆਇਆ ਸੀ ਵੀ ਉਹਨੇ ਭੈਣ ਦਾ ਬਦਲਾ ਲਿਆ ਸੀ ਉਹ ਡਰਾਈਵਰ ਸਮਝਾ ਯਾਰ ਇਹਨੂੰ ਉਹ ਸਮਝਾਇਆ ਤਾਂ ਸੀ ਉਹ ਟਿੱਡਲ ਜੇ ਨੂੰ ਉਹ ਮੇਰੇ ਤਾਂ ਪਹਿਲਾਂ ਹੀ ਚੁੱਕ ਪਈ ਵੀ ਆ ਉਹ ਮੈਂ ਜਾ ਕੇ ਬਦਲਾ ਕਿਵੇਂ ਲਊਗਾ ਇਹ ਵੇਖੋ ਬੈਲਟ ਲਾਈ ਵੀ ਨਾ ਤੈਨੂੰ ਵੀ ਕਿਹਾ ਸੀ ਰਾਵਣ ਬਣਨ ਲਈ ਓਏ ਐਤਕੀ ਰਾਵਣ ਨੂੰ ਪੋਜ਼ਿਟਿਵ ਦਿਖਾ ਦਿਓ ਉਹ ਵਾਇਲੈਂਸ ਨਾ ਦਿਖਾਓ ਉਹ ਮੇਰੀ ਬੈਲਟ ਦਾ ਹੀ ਇਲਾਜ ਕਰ ਲਓ ਯਾਰ ਓ ਸੋਹਣਾ ਹੁਣ ਤੇਰੇ ਵਿੱਚ ਇਤਿਹਾਸ ਬਦਲ ਲਈ ਓਏ ਸਾਰੇ ਬੈਲਟ ਲੱਗੀਆਂ ਲੋਕਾਂ ਨੇ ਸਾਡੇ ਲਾਲਾ ਮਾਰਨੀਆਂ ਨੇ ਰਾਵਣ ਵੀਰੇ ਤੈਨੂੰ ਮੈਂ ਦੱਸਦਾ ਚੁੱਕ ਕਿਵੇਂ ਕੱਢੀ ਦਿੰਦੀ ਐ ਰਾਵਣ ਵੀਰੇ ਖੜ ਜਾ ਜਾਦੇ ਬੋਝ ਨਹੀਂ ਪਾਉਂਦੇ ਜਾਦੇ ਬੋਝ ਨਹੀਂ ਪਾਉਂਦੇ ਖੜ ਜਾ ਬਸ ਲੈ ਬਸ ਇੱਕ ਮਿੰਟ ਫੋਨ ਆਇਆ ਹਾਂ ਡੈਡੀ ਡੈਡੀ ਦੇ ਸਕਿਆ ਚਾਰ ਚਾਰ ਫੋਨ ਕਰੇ ਤੇ ਫੋਨ ਚੁੱਕਦਾ ਕਿੱਥੇ ਮਰਿਆ ਰਾਵਣ ਦੇ ਚੜਿਆ ਆਪਣੇ ਪਿਓ ਨੂੰ ਰਾਵਣ ਬਣ ਤੇ ਮਜਬੂਰ ਨਾ ਕਰ ਮੈਂ ਤੈਨੂੰ ਦੱਸਾਂ ਛੇਤੀ ਕਰ ਤੇ ਘਰੇ ਮਾਰ ਉਹ ਕੀ ਹੋ ਗਿਆ ਰਾਵਣ ਡਿੱਗ ਗਿਆ ਦਰ ਫਿਟੇ ਮੂੰਹ ਸਾਲਿਓ ਤੁਹਾਡਾ ਰਾਵਣ ਸੜਦਾ ਤੇ ਕਈ ਵਾਰੀ ਸੁਣਿਆ ਸੀ ਰਾਵਣ ਡਿੱਗਦਾ ਪਹਿਲੀ ਵਾਰੀ ਸੁਣ ਰਹੇ ਤੇ ਕਿਹੋ ਜਿਹੀ ਪਿਓਲੀ ਰਾਮਲੀਲਾ ਕਰਦੇ ਹੋ ਤੁਸੀਂ ਛੇਤੀ ਕਰ ਤੇ ਘਰੇ ਮਾਰ ਡਰਾਮੇ ਬਾਜਾ ਉਹ ਚਲ ਆਉਣਾ ਹੁਣ ਅਨਕ ਸਾਹਿਬ ਕਰੋ ਫੋਨ ਕਰਕੇ ਕੰਮ ਵਾਲੀ ਨੂੰ ਬੁਲਾਇਆ ਜੀ ਤੁਸੀਂ ਚਾਹ ਪਾਣੀ ਪੀਓ ਤਦ ਤੱਕ ਕਾਕਾ ਜੀ ਵੀ ਆ ਜਾਂਦੇ ਨੇ ਜੀ ਮੁੰਡੇ ਨੂੰ ਆਉਣ ਵਿੱਚ ਹੋਰ ਕਿੰਨੀ ਕੁ ਦੇਰ ਲੱਗੂਗੀ ਬਸ ਜੀ ਮਸਾਂ 5 ਮਿੰਟ ਆਫਿਸ ਤੋਂ ਨਿਕਲੇ ਸੀ ਦਰਅਸਲ ਉਹਦਾ ਬੌਸ ਡਿੱਗ ਪਿਆ ਲਓ ਭੈਣ ਜੀ ਉਹ ਆ ਗਈ ਤੁਹਾਡੀ ਕੰਮ ਵਾਲੀ ਹਾਂ ਦੱਸੋ ਕੀ ਐਮਰਜੈਂਸੀ ਪੈ ਗਈ ਸੀ ਭੈਣ ਜੀ ਬੜੀ ਮੂੰਹ ਫਟ ਹੈ ਤੁਹਾਡੀ ਕੰਮ ਵਾਲੀ ਕੰਮ ਵਾਲੀ ਨਹੀਂ ਜੀ ਦਰਅਸਲ ਇਹੀ ਕਾਕਾ ਜੀ ਨੇ ਹੈ ਚਲੋ ਚਲੋ ਜੀ ਆਪਾਂ ਕੁੜੀ ਵਾਸਤੇ ਮੁੰਡਾ ਦੇਖਣ ਆਏ ਸੀ ਕੁੜੀ ਦੇਖਣ ਨਹੀਂ ਸੀ ਆਏ ਚਲੋ ਇੱਕ ਮਿੰਟ ਸਰਦਾਰ ਸਾਹਿਬ ਭੈਣ ਜੀ ਮੈਨੂੰ ਇਹ ਦੱਸੋ ਕਿ ਇਹੋ ਜੀ ਕਿਹੜੇ ਸਟੇਟ ਦੀ ਪੁਲਿਸ ਹੈ ਜਿਹੜੀ ਆਪਣੇ ਜਵਾਨਾਂ ਨੂੰ ਸਾੜੀਆਂ ਲਾ ਕੇ ਟ੍ਰੇਨਿੰਗ ਦਿੰਦੀ ਹੈ ਚਲੋ ਚਲੋ ਇੱਕ ਮਿੰਟ ਭਾਜੀ ਇਹਦੇ ਵਾਸਤੇ ਮੁੰਡਾ ਲੱਭੋ ਹਾਂ ਦੱਸੋ ਕਿਉਂ ਬੁਲਾਇਆ ਸੀ ਉਧਰ ਮੈਂ ਨੱਕ ਵਢਾਉਣ ਵਾਲਾ ਸੀਨ ਵਿਚਾਲੇ ਛੱਡ ਕੇ ਆਇਆ ਇੱਥੇ ਮੇਰਾ ਨੱਕ ਵਢਾਤਾ ਤੂੰ ਉਹ ਤੈਨੂੰ ਵੇਖਣ ਆਏ ਸੀ ਉਧਰ ਸਾਰਾ ਪਿੰਡ ਹੀ ਦੇਖਣ ਆਏ ਸੀ ਉੱਥੇ ਹੀ ਲੈ ਆਉਣਾ ਸੀ ਇਹਨਾਂ ਨੂੰ ਓਏ ਡਰਾਮੇ ਬਾਜਾ ਉਹ ਤੇਰੇ ਰਿਸ਼ਤੇ ਲਈ ਆਏ ਸੀ ਆ ਸਾੜੀ ਲਾ ਕੇ ਨਹੀਂ ਸੀ ਆਇਆ ਮਰਿਆ ਜਾਂਦਾ ਤੈਥੋਂ ਆਪੀ ਤਾਂ ਦਰਥੱਲੀ ਮਚਾਈ ਪਈ ਸੀ ਵੀ ਛੇਤੀ ਆ ਜਾ ਤੁਹਾਨੂੰ ਤਾਂ ਪਤਾ ਹੈ ਸਾੜੀ ਲਾਉਣ ਨੂੰ ਕਿੰਨਾ ਟਾਈਮ ਲੱਗਦਾ ਸਾਲਿਆ ਮੈਂ ਸਾੜੀਆਂ ਲਾਉਂਦਾ ਰਹਿਣਾ ਨਾ ਫੇਰ ਵੀ ਟਾਈਮ ਦਾ ਤਾਂ ਪਤਾ ਹੀ ਹੋਵੇ ਕਿੰਨਾ ਲੱਗਦਾ ਕਮਾਨੀ ਕੰਤੇ ਘੁਟਾ ਕੇ ਸਾਰੇ ਪਿੰਡ 'ਚ ਮੇਰੀ ਥੂ ਥੂ ਕਰਾਈ ਹੋਈ ਆ ਨਾ ਮੈਨੂੰ ਇਹ ਗੱਲ ਦੱਸ ਓਏ ਰਾਮਲੀਲਾ 'ਚ ਤੈਨੂੰ ਸਿਰਫ ਇੱਕ ਇਹੀ ਰੋਲ ਮਿਲਦਾ ਕਰੂੰ ਸਾਰਾ ਪਿੰਡ ਪਤਾ ਕੀ ਕਹਿੰਦਾ ਮੇਰੇ ਨੈਣਾਂ 'ਚ ਸੂਪ ਨਖਾ ਨਾਲ ਮਿਲਦੇ ਨੇ ਹਾਂ ਮਾਂ ਤੇਰੀ ਟਹਿਣ ਜਾਂ ਮੈਂ ਤੈਨੂੰ ਰਾਕਸ਼ਸ਼ ਲੱਗਦਾ ਪਹਿਲਾਂ ਪਿੰਡ ਫਿਰ ਜਾਂਦਾ ਸਾਂ ਲੋਕੀ ਕਹਿੰਦੇ ਸੀ ਗੁਰਜੀਤ ਸਿੰਘ ਸੰਧੂ ਜਾ ਰਿਹਾ ਹੁਣ ਕਹਿੰਦੇ ਸਰੂਪ ਨਖਾ ਦਾ ਡੈਡੀ ਜਾ ਰਿਹਾ ਗੱਲ ਸੁਣੋ ਮੇਰੀ ਅੱਜ ਤੋਂ ਬਾਅਦ ਜੇ ਤੂੰ ਮੈਨੂੰ ਸਰੂਪ ਨਖਾ ਬਣਿਆ ਦਿਸ ਗਿਆ ਨਾ ਲਕਸ਼ਮਣ ਨੇ ਤੇ ਤੇਰਾ ਨੱਕ ਬਾਅਦ 'ਚ ਵੱਢਣਾ ਮੈਂ ਤੇਰਾ ਗੱਟਾ ਲਾ ਦੇਣਾ ਤੇਰਾ ਸ਼ਾਬਾਸ਼ ਡੈਡੀ ਤੂੰ ਨਾ ਹਿੰਦੂ ਸਿੱਖਾਂ ਨੂੰ ਇੱਕ ਹੋਣ ਦੇਈ ਹੱਕ ਮਾਰੂ ਕੰਤੇ ਵਿਚਾਰਾ ਤੇ ਤੇਰੇ ਦੂਜੇ ਦੋਸਤ ਨਾਲ ਕੀ ਕੁੱਤਖਾਨੀ ਹੁੰਦੀ ਹੈ ਜਿੰਨੀ ਕੁੱਤਖਾਨੀ ਉਹਨਾਂ ਹੁੰਦੀ ਹੈ ਜੀ ਰੱਬ ਕਿਸੇ ਨਾਲ ਨਾ ਕਰੇ ਚੰਗਾ ਭਲਾ ਪੜ੍ਹ ਲੱਗਿਆ ਸੀਗਾ ਚੰਗੀ ਕੁੜੀ ਨਾਲ ਇਸ਼ਕ ਵੀ ਹੋ ਗਿਆ ਫੇਰ ਪਰ ਵਿਆਹ ਨਹੀਂ ਹੋ ਸਕਿਆ ਕਿਉਂ ਜਵਾਕਾਂ ਕਰਕੇ ਮਾਂ ਪਿਓ ਨੂੰ ਲਾਂਤਾ ਪੈਂਦੇ ਤਾਂ ਸੁਣਿਆ ਸੀਗਾ ਮੇਰੇ ਖਿਆਲ 'ਚ ਦੁਨੀਆ ਦਾ ਪਹਿਲਾ ਜਵਾਕ ਹੋਊ ਜਿਹਨੂੰ ਪਿਓ ਕਰਕੇ ਲਾਂਤਾ ਪੈਂਦੀਆਂ ਸਤਿ ਸ਼੍ਰੀ ਅਕਾਲ ਲਾਲਾ ਜੀ ਸਤਿ ਸ਼੍ਰੀ ਉਹ ਤੁਹਾਡਾ ਤਾਂ ਬੁੜਾ ਮਰਿਆ ਸੀ ਤੁਸੀਂ ਇੱਥੇ ਸਾਡਾ ਬੁੜਾ ਤਾਂ ਮਰਿਆ ਹੀ ਨਹੀਂ
ਉਹਦਾ ਆਸਥਾ ਚੈਨਲ ਦੇਖ ਕੇ ਸਾਹ ਰੋਕ ਕੇ ਯੋਗਾ ਕਰ ਰਿਹਾ ਸੀ। ਉਹ ਅਸੀਂ ਸੋਚਿਆ ਕਿਤੇ ਚੜ੍ਹਾਈ ਕਰ ਗਿਆ। ਅਸੀਂ ਸੰਸਕਾਰ ਦਾ ਸਮਾਨ ਲੈ ਗਏ। ਹੁਣ ਆਪਣਾ ਸੰਸਕਾਰ ਦਾ ਸਮਾਨ ਲਾਓ ਤੇ ਸਾਡਾ 1000 ਰੁਪਇਆ ਮੋੜੋ। ਜੇ ਤੁਹਾਡਾ ਬੁੜਾ ਨਹੀਂ ਮਰਿਆ ਇਹ 'ਚ ਮੇਰਾ ਕੀ ਕਸੂਰ ਹੈ? ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੁਹਾਡਾ ਬੁੜਾ ਬਚ ਗਿਆ। ਤੁਸੀਂ 1000 ਰੁਪਏ ਨੂੰ ਰੋਈ ਜਾਂਦੇ ਹੋ, ਵਿਕਿਆ ਸਮਾਨ ਨਹੀਂ ਵਾਪਸ ਹੁੰਦਾ। ਓਏ ਅਸੀਂ 1000 ਰੁਪਏ ਨੂੰ ਨਹੀਂ ਰੋਂਦੇ, ਪਰ ਇਹ ਮਰਗ ਦਾ ਸਮਾਨ ਘਰੇ ਰੱਖ ਕੇ ਕਰਾਂਗੇ ਕੀ? ਗੱਲ ਤਾਂ ਤੁਹਾਡੀ ਠੀਕ ਹੈ ਯਾਰ। ਐ ਨਵਜੋਤ ਪੁੱਤ, ਹਾਂਜੀ ਅੰਕਲ ਜੀ, ਆਪਣੀ ਦਾਦੀ ਜੀ ਦਾ ਕੀ ਹਾਲ ਹੈ? ਕੀ ਦੱਸੇ ਅੰਕਲ ਜੀ, ਡਾਕਟਰ ਦਾ ਜਵਾਬ ਹੀ ਦਿੱਤਾ, ਕਹਿੰਦੇ ਘਰ ਲੈ ਜਾਓ, ਸੇਵਾ ਕਰ ਲਓ, ਅੱਜ ਗਈ ਤੇ ਕੱਲ ਗਈ। ਲੋ ਜੀ ਗੱਲ ਬਣ ਗਈ, ਇਹਦੀ ਦਾਦੀ ਜਾਣ ਵਾਲੀ ਹੈ। ਤੁਸੀਂ ਐਂ ਕਰੋ ਕਿ ਸਾਰਾ ਸੰਸਕਾਰ ਦਾ ਸਮਾਨ ਨਾ ਇਹਨੂੰ 50% ਡਿਸਕਾਊਂਟ ਤੇ ਦੇ ਦਿਓ, ਤੁਹਾਡਾ ਫਾਇਦਾ ਹੋ ਜੂ। ਜਾਓ 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 ਚੱਲ ਗਏ। ਭਾਜੀ ਸਾਨੂੰ ਨਾ ਤੁਹਾਡੀ ਦਾਦੀ ਜੀ ਬਾਰੇ ਪਤਾ ਲੱਗਾ, ਸਾਡੇ ਕੋਲ ਸੰਸਕਾਰ ਦਾ ਸਮਾਨ ਹੈ, 50% ਡਿਸਕਾਊਂਟ ਤੇ ਲੈ ਲਓ, ਨਾਲੇ ਤੁਹਾਨੂੰ ਫਾਇਦਾ ਹੋ ਜੂ। ਆ ਲਓ ਫੜੋ। ਦੇਖੋ ਕਿਵੇਂ ਭੱਜ ਗਏ ਸਾਰੇ, ਮੈਨੂੰ ਸਮਾਨ ਵਾਪਸ ਕਰਨ ਆਏ ਸੀ, ਆ ਗਏ ਸੀ ਸਵੇਰੇ ਸਵੇਰੇ ਇੱਥੇ। ਉਹ ਬਾਪੂ ਕਿਉਂ ਮੇਰਾ ਪਿੰਡ 'ਚ ਜਲੂਸ ਕਰਾਉਣ ਲੱਗੇ ਆ? ਕਦੇ ਤਾਂ ਮੇਰੀ ਸਾਈਡ ਦੀ ਗੱਲ ਕਰਿਆ ਕਰ। ਕਾਹਦੀ ਸਾਈਡ? ਜਵਾਨ ਮੁੰਡਾ ਹੋ ਗਿਆ, ਪਿਓ ਨਾਲ ਦੁਕਾਨ ਤੇ ਬਹਿ, ਦੋਵੇਂ ਮਿਲ ਕੇ ਇਸ ਬਿਜ਼ਨਸ ਨੂੰ ਹੋਰ ਅੱਗੇ ਵਧਾਈਏ। ਉਹ ਇਹ ਵੀ ਸਾਲਾ ਵੀ ਕੰਮਾਂ 'ਚ ਕੰਮ ਮਰਗ ਦਾ ਸਮਾਨ ਵਿੱਚੋਂ। ਉਹ ਪੁੱਤਰ ਇਸ ਬਿਜ਼ਨਸ ਤੋਂ 4 ਪੈਸੇ ਕਮਾਵਾਂਗੇ, ਕੱਲ ਨੂੰ ਤੇਰਾ ਵਿਆਹ ਵੀ ਤਾਂ ਕਰਨਾ ਹੈ। ਉਹ ਬਾਪੂ ਉਹ ਜਿਹੜੀ ਤੇਰੀ ਇੱਜ਼ਤ ਨਾ ਪਿੰਡ 'ਚ, ਤੈਨੂੰ ਕਿਸੇ ਨੇ ਧੀ ਦਾਗੀ ਮਰੇ ਹੋਏ ਨੂੰ ਮੋਢਾ ਵੀ ਨਹੀਂ ਦੇਣਾ। ਅਗਲੇ ਮਹੀਨੇ ਮੈਨੂੰ ਮੁੰਡੇ ਵਾਲੇ ਵੇਖਣ ਆ ਰਹੇ ਨੇ। ਮਹੀਨੇ 'ਚ ਜਾਂ ਤੇ ਤੂੰ ਆਪਣੇ ਪਿਓ ਦਾ ਕੰਮ ਬਦਲ ਲੈ ਜਾਂ ਫਿਰ ਆਪਣਾ ਪਿਓ ਹੀ ਬਦਲ ਲੈ। ਤੂੰ ਟੈਨਸ਼ਨ ਕਿਉਂ ਲੈਣੀ ਆ? ਮੈਂ ਕਹਿਤਾ ਬਾਪੂ ਨੂੰ, ਉਹ ਆਪਣਾ ਆਰਥੀਆਂ ਦਾ ਕੰਮ ਬਦਲ ਲੈਣਗੇ। ਤੇ ਫਿਰ ਕੀ ਕਰਨਗੇ? ਗੰਨੇ ਦੇ ਜੂਸ ਦੀ ਰੇੜੀ ਲਾ ਲੈਣਗੇ। ਤੇ ਤੁਸੀਂ ਕੀ ਕਰਨਾ? ਹੁਣ ਬਾਪੂ ਥੋੜਾ ਨਾ ਇਸ ਉਮਰ 'ਚ ਮਸ਼ੀਨ 'ਚ ਗੰਨੇ ਦਊਗਾ, ਉਹ ਤਾਂ ਮੈਨੂੰ ਦੇਣੇ ਪੈਣੇ ਆ। ਸ਼ਾਬਾਸ਼ MBA, ਤੂੰ ਗੰਨਿਆਂ ਦਾ ਜੂਸ ਕੱਢਣ ਲਈ ਕੀਤੀ ਹੈ? ਹੈਲੋ, MBA ਨਹੀਂ, BA, ਕੱਲੀ BA ਕੀਤੀ ਹੈ ਮੈਂ। ਹਾਂ ਹਾਂ, ਪਰ ਡੈਡੀ ਨੂੰ MBA ਹੀ ਦੱਸਣਾ। ਮੇਰੇ ਭਾਣੇ ਸੈਂਟਸ ਦੱਸ ਦੀ। ਸਹੀ ਹੈ, ਸਿੰਗਰ ਹੁੰਦਾ ਤੇ ਉਥੋਂ ਫਿਰ ਇਹਨਾਂ ਚਾਰਾਂ ਨੇ ਜਿਹੜਾ ਜੀ ਅੱਗੇ ਜਿਹੜੀ ਇਹਨਾਂ ਦੀ ਗੇਮ ਸ਼ੁਰੂ ਹੋਣੀ ਹੈ। ਮੈਂ ਕਹਿੰਦਾ ਵਾ ਜਦੋਂ ਇਹਨਾਂ ਨੇ ਮਿਲਣਾ ਨਾ ਭੱਲਾ ਸਾਹਿਬ ਨੂੰ ਤੇ ਉਹਨਾਂ ਦੀ ਐਂਟਰੀ ਹੋਣੀ ਹੈ ਨਾਲ, ਉਸ ਤੋਂ ਆਇਆ ਹਾਇਆ ਹਾਇਆ ਫਿਰ ਜਿਹੜੀ ਅੱਗੇ ਸ਼ੁਗਰ ਲੱਗਦਾ। ਚਲੋ ਵੇਖੀ ਅਗਲਾ ਪਾਠ, ਅਗਲਾ ਪਾਠ ਚਲੋ ਜੀ, ਅਗਲਾ ਪਾਠ ਬਹਾਨੇ ਬਾਜਵਾ ਸਾਹਿਬ ਉਹਨਾਂ ਨੂੰ।